ਦੀ ਗੱਲ ਤੇ ਆਪਾਂ ਆਉਣੇ ਆ, ਤੁਸੀਂ ਕਹਿੰਦੇ ਰਵਨੀਤ ਰਵਨੀਤ ਭੱਜਿਆ ਨਹੀਂ, ਉੱਥੇ ਮੁੰਡੇ ਫੋਟੋਆਂ ਕਰਾਉਣ ਲਈ ਉਹਦੇ ਨਾਲ ਸੀਗੇ, ਕਦੇ ਵੀ ਰਵਨੀਤ ਭੱਜ ਨਹੀਂ ਸਕਦਾ। ਰਵਨੀਤ ਸਿੰਘ ਜਿਹੜਾ ਕਿਸੇ ਵੀ ਕਾਲਜ ਜਾਂਦਾ, ਚਲੋ ਮੰਨ ਲਿਆ ਤੁਸੀਂ ਰਖਵਾਤ ਆ, ਤੁਸੀਂ ਆਪਦੀ ਪਬਲਿਸਿਟੀ ਲਈ ਇਹ ਚੀਜ਼ਾਂ ਕਰਵਾਤੀਆਂ, ਹੈ ਨਾ। ਰਵਨੀਤ ਦਾ ਇੱਕ ਪਹਿਲਾ ਸ਼ੋਅ ਇੱਦਾਂ ਦਾ ਕਿ ਜਿਹੜਾ ਆਪਾਂ ਪਰਿਵਾਰ ਨਾਲ ਬਹਿ ਕੇ ਵੇਖ ਸਕਦੇ ਹਾਂ, ਇਹ ਕਹਿਣ ਦੀਆਂ ਜੋ ਮਰਜ਼ੀ ਗੱਲਾਂ, ਇੰਨੀਆਂ ਵੀ ਉਹ ਗਲਤ ਗੱਲਾਂ ਨਹੀਂ ਕਰਦਾ, ਇੱਕ ਸਮਾਨ ਗੱਲਾਂ ਕਰਦਾ ਜਿਹੜੀਆਂ ਆਪਾਂ ਨੋਰਮਲੀ ਕੁੜੀਆਂ ਮੁੰਡੇ ਅੱਜ ਕੱਲ੍ਹ ਆਪਦੇ ਘਰ ਦੇ ਮੰਮੀ ਡੈਡੀ ਨਾਲ ਇੱਦਾਂ ਦੀਆਂ ਗੱਲਾਂ ਕਰ ਲੈਂਦੇ ਆ। ਇਹ ਸੱਚ ਆ, ਜ਼ਮਾਨਾ ਜਿਹੜਾ ਨਾ ਥੋੜ੍ਹਾ ਅੱਗੇ ਹੋ ਗਿਆ, ਗਲਤ ਗੱਲਾਂ ਨਹੀਂ ਨੋਰਮਲੀ ਗੱਲਾਂ ਘਰ ਦੇ ਵਿੱਚ, ਜਿਹੜਾ ਨਾ ਪਹਿਲਾਂ ਇੱਕ ਟਾਈਮ ਸੀਗਾ ਵੀ ਮੁੰਡਾ ਡਰਦਾ ਹੁੰਦਾ ਸੀ ਘਰੇ ਕਿਸੇ ਕੁੜੀ ਬਾਰੇ ਜਾਂ ਗੱਲ ਕਰਨ ਲਈ, ਅੱਜ ਨੋਰਮਲੀ ਮੁੰਡਾ ਕਰ ਲੈਂਦਾ, ਕੁੜੀ ਵੀ ਨੋਰਮਲੀ ਆਪਦੀ ਮੰਮੀ ਨਾਲ ਜਾਂ ਇੱਕ ਗੱਲ ਸ਼ੇਅਰ ਕਰ ਲੈਂਦੀ ਹੈ ਨਾ ਵੀ ਇੱਦਾਂ ਦੀ, ਤਾਂ ਉਹ ਨੋਰਮਲ ਜਿਹੇ ਕੁਐਸਚਨ ਪੁੱਛਦਾ ਸੀਗਾ ਵੀ ਹਾਂਜੀ ਜੇ ਤੁਸੀਂ ਘਰੇ ਬੈਠੇ ਹੋ ਹੈ ਨਾ, ਤੁਹਾਡੀ ਮੰਮੀ ਨੇ ਤੁਹਾਡਾ ਫੋਨ ਚੈੱਕ ਕਰ ਲਿਆ, ਇੱਦਾਂ ਦੀ ਕੋਈ ਕਾਲ ਆ ਗਈ ਤੁਹਾਡੇ ਬੁਆਏਫ੍ਰੈਂਡ ਦੀ ਜਾਂ ਕੁਛ ਇੱਦਾਂ ਦੀ, ਇੱਕ ਨੋਰਮਲ ਹਾਸੀਆਂ ਖੇਡੀਆਂ ਲਈ ਐਂਟਰਟੇਨਮੈਂਟ ਦੀਆਂ ਗੱਲਾਂ ਹੁੰਦੀਆਂ ਸੀਗੀਆਂ, ਤੁਸੀਂ ਉਹਦੇ ਬਾਰੇ ਵੀ ਗਲਤ ਬੋਲਦਾ ਜੀ ਜਾ ਕੇ। ਅਤੇ ਦੂਜੀ ਗੱਲ, ਰਵਨੀਤ ਕਿਸੇ ਵੀ ਕਾਲਜ ਦੇ ਵਿੱਚ ਜਾਂਦਾ ਪ੍ਰਸ਼ਾਸਨ ਤੋਂ ਪਹਿਲਾਂ ਪਰਮਿਸ਼ਨ ਲਈ ਜਾਂਦੀ ਆ, ਖਾਸ ਸਿਕਿਉਰਿਟੀ ਦੇ ਪ੍ਰਬੰਧ ਹੁੰਦੇ ਆ, ਸਾਰਾ ਕੁਛ ਹੁੰਦਾ, ਅਤੇ ਕਾਲਜ ਦੇ ਵਿੱਚ ਲਿਜਾ ਕੇ ਕਦੇ ਵੀ ਰਵਨੀਤ ਨਾਲ ਇੱਦਾਂ ਨਹੀਂ ਹੋ ਸਕਦਾ, ਇਹ ਗਲਤ ਆ। ਉਹ ਫੋਟੋਆਂ ਖਿਚਾਉਣ ਲਈ ਮੁੰਡੇ ਪਿੱਛੇ ਜਾ ਰਹੇ ਸੀ, ਵੈਸੇ ਵੀ ਰਵਨੀਤ ਨੇ ਆਪਦੀ ਸਨੈਪਚੈਟ 'ਤੇ ਪਾਇਆ ਸੀਗਾ ਬਾਈ ਨੇ ਕਿ ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ, ਤੁਸੀਂ ਜਾਣ ਕੇ ਬਣਾ ਰਹੇ ਹੋ। ਜੇ ਕੋਈ ਕੁੱਟਣ ਵਾਲਾ ਹੁੰਦਾ ਜਾਂ ਕੁਛ ਹੁੰਦਾ, ਤੁਹਾਡੇ ISF ਵਾਲੇ ਆਈ ਜਿਹੜੀ ਵੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੁਸੀਂ ਬਣਾਈ ਹੋਈ ਆ, ਹੈ ਨਾ, ਅਤੇ ਉੱਦਾਂ ਦੇ ਕੁਛ ਬੰਦੇ ਹੁੰਦੇ, ਕੋਈ ਨਹੀਂ ਸੀਗਾ ਉੱਥੇ, ਉਹ ਸਾਰੇ ਮੁੰਡੇ ਸੀਗੇ ਜਿਹੜੇ ਫੋਟੋਆਂ ਖਿਚਾਉਣ ਵਾਲੇ। ਅਤੇ ਜੇ ਤੁਹਾਨੂੰ ਲੱਗਦਾ ਵੀ ਜੇ ਉਹਨਾਂ ਨੇ ਕੁੱਟਣਾ ਹੁੰਦਾ ਰਵਨੀਤ ਨੂੰ ਇੱਦਾਂ ਭੱਜਣ ਦਿੰਦੇ, ਤੁਸੀਂ ਆਪ ਸੋਚ ਕੇ ਦੇਖੋ, ਗੱਡੀ ਵਿੱਚ ਬਹਿਣ ਦਿੰਦੇ, ਬਸ ਸਨੈਪਚੈਟਾਂ ਪਾਉਣ ਦਿੰਦੇ ਰਵਨੀਤ ਨੂੰ, ਇੱਦਾਂ ਦਾ ਕੁਝ ਨਹੀਂ ਹੈਗਾ ਜੀ, ਇਹਦੇ ਪਿੱਛੇ ਨਾ ਲੱਗੋ। ਗੁਰਜੰਟ ਸਿੰਘ ਜੀ, ਤੁਸੀਂ ਖਾਲਸਾ ਦੇ ਨਾਮ ਨੂੰ ਦਾਗ ਨਾ ਲਾਓ, ਮੇਰੀ ਰਿਕੁਐਸਟ ਆ ਤੁਹਾਨੂੰ, ਬਹੁਤ ਉੱਚਾ ਅਤੇ ਬਹੁਤ ਕੁਰਬਾਨੀਆਂ ਨਾਲ ਇਹ ਜਿਹੜੀ ਨਾ ਇਹ ਸਿੱਖੀ ਕਮਾਈ ਗਈ ਆ, ਇਹ ਸਿੱਖੀ ਬਚਾਈ ਗਈ ਆ ਕੁਰਬਾਨੀਆਂ ਦੇ ਕੇ, ਅਤੇ ਤੁਸੀਂ ਇੱਦਾਂ ਨਾ ਕਰੋ। ਲੋਕ ਮੈਨੂੰ ਆ ਕੇ ਜਦ ਕਹਿੰਦੇ ਮੈਨੂੰ ਫੀਲ ਹੁੰਦਾ ਇਸ ਚੀਜ਼ ਦਾ, ਹਾਲਾਂਕਿ ਮੈਂ ਤਾਂ ਕੁਛ ਗਲਤ ਕਿਹਾ ਵੀ ਨਹੀਂ, ਫਿਰ ਵੀ ਲੋਕ ਆ ਕੇ ਨਾ ਤੁਹਾਡੇ ਨਾਂ ਦੇ ਨਾਲ ਮੇਰਾ ਨਾਂ ਜੋੜਦੇ ਆ ਨਾ, ਜਦ ਮੈਂ ਇਹ ਨਹੀਂ ਕਹਿੰਦਾ ਮੇਰੇ ਵਰਗੇ ਕਿੰਨਿਆਂ ਦਾ ਨਾਂ ਤੁਹਾਡੇ ਨਾਲ ਜੁੜਦਾ ਹੋਊਗਾ ਜਿਹੜੇ ਖਾਲਸੇ ਹੋਣਗੇ, ਜਿਹਨਾਂ ਨੇ ਦਾੜੀ ਕੇਸ ਰੱਖੇ ਹੋਣਗੇ। ਅਤੇ ਮੇਰੀ ਰਿਕੁਐਸਟ ਆ ਤੁਹਾਨੂੰ ਇੱਕ ਕਿ ਇੱਦਾਂ ਦਾ ਨਾ ਕਰੋ, ਤੁਸੀਂ ਆਪਦੀ ਕੌਮ ਨੂੰ ਭੰਡੀ ਜਾਂਦੇ ਹੋ, ਕਦੇ ਉਦੋਕੇ ਨੂੰ ਫੜ ਲੈਂਦੇ ਹੋ, ਕਦੇ ਕਿਹਨੂੰ ਫੜ ਲੈਂਦੇ ਹੋ, ਆਪ ਹੀ ਲੜੀ ਜਾਂਦੇ ਹੋ। ਇੱਕ ਗੱਲ ਆ ਬਹੁਤ ਪਿਆਰੀ, ਬਹੁਤ ਲੱਕੜ ਨੇ ਸੁਣੀ ਹੋਊਗੀ, ਕਹਿੰਦੇ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ। ਵੱਡਾ ਗਰੇਵਾਲ ਵੀ ਸਿੱਖ ਕੌਮ ਦਾ, ਸਿੱਖ ਕੌਮ 'ਚੋਂ ਹੀ ਆਉਂਦਾ ਜੀ, ਇੱਕ ਸਿੱਖ ਹੀ ਘਰੇ ਪੈਦਾ ਹੋਇਆ, ਕੇਸ ਕਤਲ ਕੀਤੇ ਹੋਏ ਨੇ, ਪਿਆਰ ਨਾਲ ਵੀ ਸਮਝਾ ਸਕਦੇ ਆਪਾਂ ਜਿਹਨੂੰ ਵੀ ਸਮਝਾਉਣਾ, ਹੈ ਨਾ, ਕੋਈ ਵੀ ਆ, ਹੈ ਨਾ, ਜਿਹਨੂੰ ਵੀ ਸਮਝ। ਤੁਸੀਂ ਕਹਿੰਦੇ ਹੋ ਅੱਜ ਕਲਚਰ ਖਰਾਬ ਹੋ ਗਿਆ, ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਚਲੇ ਜਾਓ, 1990 ਦੇ ਵਿੱਚ ਦੀਆਂ 1990 ਦੀਆਂ ਵੀ ਜਿਹੜੀਆਂ ਫਿਲਮਾਂ ਸੀ ਨਾ, 1990 ਦੇ ਵਿੱਚ ਇੱਕ ਗਾਣਾ ਆਇਆ ਸੀ, ਉਹ ਦੇਖੋ ਸੜਕਾਂ 'ਤੇ ਅੱਗ ਤੁਰੀ ਜਾਂਦੀ ਆ, ਅਤੇ ਅੱਜ ਉਹੀ ਸਿੰਗਰ ਜਾ ਕੇ ਨਾ ਕਹਿਣਗੇ ਜੀ ਉਹ ਗਾਣੇ ਗਲਤ ਹੁੰਦੇ ਆ। ਅਤੇ 1990 ਤੋਂ ਲੈ ਕੇ 2000-2005 ਤੱਕ ਦੀਆਂ ਕਿਹੜੀਆਂ ਫਿਲਮਾਂ ਦਿਖਾ ਦਿਉ, ਗੱਗੂ ਗਿੱਲ ਦੀਆਂ ਅਤੇ ਯੋਗਰਾਜ ਸਿੰਘ ਨੇ, ਜਿਹਦੇ ਵਿੱਚ ਉਹਨਾਂ ਨੇ ਮੋਢੇ 'ਤੇ ਦਨਾਲੀ ਨਹੀਂ ਰੱਖੀ ਹੁੰਦੀ ਸੀਗੀ। ਕਲਚਰ ਉੱਦਾਂ ਹੀ ਚੱਲਿਆ ਆ ਰਿਹਾ, ਅੱਜ ਕੱਲ੍ਹ ਥੋੜ੍ਹਾ ਇਫੈਕਟ ਜ਼ਿਆਦਾ ਪੈ ਰਿਹਾ, ਤਾਂ ਪੰਜਾਬ ਪੁਲਿਸ ਨੇ ਇੱਕ ਚੱਕ ਲਿਆ ਸਟੈਪ, ਹੁਣ ਜਿਹੜਾ ਗਾਊਗਾ ਗਲਤ ਪੰਜਾਬ ਪੁਲਿਸ ਆਪੇ ਡੰਡਾ ਫੇਰੂਗੀ ਜੀ, ਕਾਨੂੰਨੀ ਕਾਰਵਾਈ ਹੋਊਗੀ, ਹੁਣ ਰੁਕੂਗੀ ਜਿਹੜੇ ਵੀ ਗਲਤ ਗਾਉਣਗੇ। ਪਰ ਇਹ ਰਵਨੀਤ ਵਾਲਾ ਤੁਸੀਂ ਬਹੁਤ ਗਲਤ ਕਰ ਰਹੇ ਹੋ, ਕੋਈ ਐਡੀ ਵੱਡੀ ਗੱਲ ਨਹੀਂ ਸੀ ਜਿੰਨੀ ਤੁਸੀਂ ਬਣਾਤੀ ਆ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਕੰਮ ਜੀ, ਬਾਕੀ ਤੁਸੀਂ ਵਿਚਾਰ ਦੇਣੇ ਜੀ, ਸੁਣਨ ਵਾਲੇ ਨੇ ਜੀ, ਮੇਰੀ ਗੱਲ ਵਧੀਆ ਲੱਗੀ ਤਾਂ ਸ਼ੇਅਰ ਕਰਿਓ, ਨਹੀਂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਜੀ, ਮੈਨੂੰ ਕਹਿ ਦਿਓ ਹਾਂਜੀ ਭਾਈ ਤੇਰੀ ਗੱਲ ਇੱਥੇ ਸਹੀ ਨਹੀਂ ਲੱਗੀ, ਆਪਾਂ ਫਿਰ ਨਹੀਂ ਕਰਾਂਗੇ ਉਸ ਉਦਾਂ ਦੀ ਗੱਲ ਜੇ ਤੁਹਾਨੂੰ ਚੰਗੀ ਨਹੀਂ ਲੱਗੀ ਜੀ, ਹੈ ਨਾ। ਤੁਸੀਂ ਇੱਕ ਵਾਰੀ ਸੋਚ ਕੇ ਦੇ, ਜ਼ਰੂਰ ਦੇਖਿਓ, ਆਰਾਮ ਨਾਲ ਬੈਠ ਕੇ ਸੋਚਿਓ ਵੀ ਮੈਂ ਸਹੀ ਕਿਹਾ ਜਾਂ ਗਲਤ ਕਿਹਾ। ਇਹ ਪਬਲਿਸਿਟੀ ਭਾ ਰਿਹਾ, ਜਿਹੜੇ ਆਉਣ ਵਾਲੇ ਟਾਈਮ 'ਚ ਲੱਖ ਲੱਖ ਰੁਪਇਆ ਲੈ ਕਰਨਾ ਸਿੰਗਰਾਂ ਤੋਂ ਵੀ ਹਾਂ ਭਾਈ ਲੱਖ ਰੁਪਇਆ ਦੇ, ਤੇਰੇ ਗਾਣੇ ਦੀ ਨੈਗੇਟਿਵਿਟੀ ਕਰਦੇ, ਗਾਣਾ ਆਪੇ ਚੱਲ ਜਾਂਦਾ, ਹੈ ਨਾ, ਜਦੋਂ ਗੰਦੀ ਚੀਜ਼ਾਂ ਸ਼ੇਅਰ ਕਰਾਉਂਦੇ ਇੰਨੇ ਲੋਕਾਂ ਤੋਂ। ਕਈ ਚੀਜ਼ਾਂ ਇੱਦਾਂ ਦੀਆਂ ਸ਼ੇਅਰ ਕਰਦਾ ਜਿਹੜੀਆਂ ਮੈਂ ਜਾਂ ਤੁਸੀਂ ਕਦੇ ਦੇਖੀਆਂ ਨਹੀਂ ਹੁੰਦੀਆਂ, ਪਰ ਗੁਰਜੰਟ ਦੇ ਪੇਜ 'ਤੇ ਆ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਆਹ ਵੀ ਗਾਣਾ ਆਇਆ ਸੀਗਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।